ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਮਾਤਾ ਕੇਸਰੀ ਜੀ ਦੇ ਸੇਵਕ ਗੁਲਾਮ ਰਾਮ ਜੀ ਦੀ ਯਾਦ ਵਿੱਚ 23ਵਾਂ ਵਿਸ਼ਾਲ ਭਗਵਤੀ ਜਾਗਰਣ GT ਰੋਡ ਪਿੰਡ ਜਮਾਲਪੁਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ। ਜਾਗਰਣ ਦੇ ਸੰਬੰਧ ਵਿੱਚ ਮਹਾਮਾਈ ਜੀ ਦੀ ਪਵਿੱਤਰ ਜੋਤ ਮਾਤਾ ਜਵਾਲਾ ਜੀ ਤੋਂ ਲਿਆਂਦੀ ਗਈ। ਮਹਾਮਾਈ ਜੀ ਦੀ ਪਵਿੱਤਰ ਜੋਤ ਨੂੰ ਵਿਸ਼ਾਲ ਸ਼ੋਭਾ ਯਾਤਰਾ ਦੇ ਰੂਪ ਵਿੱਚ ਪਿੰਡ ਦੀ ਪਰਿਕਰਮਾ ਕਰਨ ਉਪਰੰਤ ਮੰਦਿਰ ਵਿਖੇ ਸੁਸ਼ੋਭਿਤ ਕੀਤਾ ਗਿਆ। ਜਾਗਰਣ ਦੌਰਾਨ ਪੰਜਾਬ ਪ੍ਰਸਿੱਧ ਕਲਾਕਾਰ ਰਣਜੀਤ ਰਾਣਾ, ਬੰਟੀ ਧਰਮਸੋਤ ਅਤੇ ਜਸਵੀਰ ਮਾਹੀ ਨੇ ਮਹਾਮਾਈ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਜਾਗਰਣ ਦੌਰਾਨ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮੱਥਾ ਟੇਕਿਆ ਅਤੇ ਸੰਗਤਾਂ ਨੂੰ ਇਸ ਜਾਗਰਣ ਦੀ ਵਧਾਈ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਜਾਗਰਣ ਦੇ ਮੁੱਖ ਪ੍ਰਬੰਧਕ ਬਿੱਟੂ ਜਮਾਲਪੁਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਗਰਣ ਦੇ ਮੁੱਖ ਪ੍ਰਬੰਧਕ ਬਿੱਟੂ ਜਮਾਲਪੁਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮਹਾਮਾਈ ਜੀ ਦਾ ਭੰਡਾਰਾ ਵੀ ਸੰਗਤਾਂ ਵਿੱਚ ਅਟੁੱਟ ਵਰਤਾਇਆ ਗਿਆ। ਜਾਗਰਣ 'ਚ ਆਇਆ ਮੈਂ ਜਮਾਲਪੁਰ ਵਿਖੇ ਬਾਜੀਗਰ ਬਸਤੀ 'ਚ। ਇਹ ਜਾਗਰਣ ਹਰ ਸਾਲ ਕਰਾਉਂਦੇ ਨੇ ਕੇਸਰੀ ਦੇਵੀ ਮੰਦਿਰ 'ਚ, ਔਰ ਜਿਨ੍ਹਾਂ ਦੀ ਯਾਦ 'ਚ ਗੁਲਾਮ ਰਾਮ ਦੀ ਯਾਦ 'ਚ ਜਗਰਾਤਾ ਹੋ ਰਿਹਾ। ਸੋ ਮੈਂ ਇਹਨਾਂ ਨੂੰ ਜਿੱਥੇ ਮੁਬਾਰਕਬਾਦ ਦੇਣੀ ਚਾਹੁੰਦਾ ਉੱਥੇ ਇਹਨਾਂ ਦਾ ਧੰਨਵਾਦ ਵੀ ਕਰਦਾ। ਮੈਨੂੰ ਵੀ ਬੁਲਾ ਕੇ ਇੱਥੇ ਇਹਨਾਂ ਨੇ ਸਾਰੀ ਸੰਗਤ ਦੇ ਸਾਰੇ ਲੋਕਾਂ ਦੇ ਦਰਸ਼ਨ ਕਰਾਏ ਨੇ। ਸੋ ਮੈਂ ਫਿਰ ਮਹਾਮਗੀ ਅੱਗੇ ਅਰਦਾਸ ਕਰਦਾ ਇਸ ਨਗਰ ਦੀ ਸੁੱਖ ਸ਼ਾਂਤੀ ਔਰ ਤਰੱਕੀ ਹਮੇਸ਼ਾ ਰਹੇ।